ਦੀਦੀ ਮੇਰੇ ਨਾ ਕਾਲੇ ਸੂਟ ਦੀ ਚੁੰਨੀ ਨਹੀਂ ਲੱਭਣ ਦੀ ਹੈਗੀ, ਵੇਖੀ ਕਿਤੇ? ਨਹੀਂ ਪ੍ਰੀਤ, ਮੈਂ ਤਾਂ ਨਹੀਂ ਵੇਖੀ। ਆ ਤੁਹਾਡੀ ਅੱਖਾਂ ਨੂੰ ਕੀ ਹੋਇਆ ਵਾ? ਨਹੀਂ ਮੇਰੀ ਅੱਖਾਂ ਨੂੰ ਕੀ ਹੋਣਾ ਵਾ, ਉਹੀ ਜੋ ਤੂੰ ਕੱਲ ਕਹਿ ਕੇ ਗਈ ਹਾਂ, ਬਹਿ ਜਾ ਇੱਥੇ, ਕਹਿ ਕੇ ਗਈ ਹਾਂ ਨਾ ਵੀ ਗੱਲ ਕਰ, ਤੇ ਮੈਂ ਇਹਨਾਂ ਨਾਲ ਗੱਲ ਕਰ ਬੈਠੀ ਵੀ ਏਦਾਂ ਵੀ ਅੱਡ ਹੋਣ ਬਾਰੇ, ਤੇ ਇਹ ਤੇ ਮੇਰੀ ਗੱਲ ਮੰਨੇ ਨੀ। ਪਰ ਮੈਂ ਤਾਂ ਉਹੀ ਸੋਚਾਂ ਤੇ ਸਾਰੀ ਰਾਤ ਹੀ ਮੈਂ ਜਾਗਦੀ ਰਹੀ, ਖੁੱਲੀਆਂ ਅੱਖਾਂ ਨਾਲ ਸੁਪਨੇ ਲੈਂਦੀ ਰਹੀ, ਕਦੀ ਮੈਂ ਬਰਗਰ ਹੱਟ, ਕਦੀ ਪੀਜ਼ਾ ਹੱਟ, ਕਦੀ ਕਿਤੇ ਕਦੀ ਕਿਤੇ, ਕਦੀ ਆਹ ਖਾ ਕਦੀ ਉਹ ਖਾ, ਸਾਰੀ ਰਾਤ ਜਾਗ ਜਾਗ ਕੇ ਤੇ ਮੇਰੀ ਅੱਖਾਂ ਦਾ ਬੁਰਾ ਹਾਲ ਹੋ ਗਿਆ ਹੈ। ਇੱਕ ਮਿੰਟ ਨਹੀਂ ਮੇਰੀ ਅੱਖ ਲੱਗੀ। ਤੇ ਭਾਅ ਜੀ ਬਿਲਕੁਲ ਵੀ ਨਹੀਂ ਮੰਨੇ? ਨਾ, ਉਹਨਾਂ ਨੇ ਤਾਂ ਕਿਤੇ ਪੈਰਾਂ 'ਤੇ ਛਿੱਟ ਨਹੀਂ ਪੈਣ ਦਿੱਤੀ। ਮੈਂ ਗੱਲ ਕੀਤੀ ਉਸੇ ਵੇਲੇ ਪਰਾਂ ਮੂੰਹ ਕਰਕੇ ਸੌਂ ਗਏ ਆ, ਤੇ ਮੈਨੂੰ ਨੀਂਦ ਹੀ ਨਹੀਂ ਆਈ ਸਾਰੀ ਰਾਤ। ਹਾਏ ਰੱਬਾ ਦੀਦੀ, ਵਿੱਕੀ ਵੀ ਨਹੀਂ ਮੇਰੀ ਗੱਲ ਮੰਨਦੇ। ਪਰ ਮੈਂ ਸੋਚਿਆ ਇੱਦਾਂ ਨਹੀਂ ਹੁਣ ਮੈਂ ਆਪਣੀ ਜ਼ਿੰਦਗੀ ਕੱਢਣੀ ਹੈਗੀ, ਭਾਵੇਂ ਜੋ ਮਰਜ਼ੀ ਹੋਵੇ, ਭਾਵੇਂ ਮੈਨੂੰ ਹੁਣ ਇਹਨਾਂ ਨਾਲ ਲੜਾਈ ਕਰਨੀ ਪਵੇ, ਭਾਵੇਂ ਵੱਖ ਹੋਣਾ ਪਵੇ, ਪਰ ਮੈਂ ਆਪਣੀ ਜ਼ਿੰਦਗੀ ਖੁੱਲ੍ਹ ਕੇ ਜੀਣੀ ਹੈ। ਅਤੇ ਜੇ ਤਾਂ ਤੁਸੀਂ ਮੇਰਾ ਸਾਥ ਦਿਓਗੇ, ਫਿਰ ਤਾਂ ਇਹ ਆ ਕਿ ਸੋਨੇ ਅਤੇ ਸੁਹਾਗਾ ਹੋ ਜੂਗਾ, ਦੋਵੇਂ ਰਲ ਮਿਲ ਕੇ ਆਪਣੇ ਸ਼ੌਂਕ ਪੂਰੇ ਕਰਿਆ ਕਰਾਂਗੀਆਂ, ਮਰਜ਼ੀ ਦੇ ਨਾਲ ਐਨ ਵਧੀਆ ਰਿਹਾ ਕਰਾਂਗੀਆਂ। ਆਹ ਵੇਖਾਂ ਹਾਂ, ਸੋਨੇ ਅਤੇ ਸੁਹਾਗਾ ਹੋਇਆ ਤਾਂ ਹੈ, ਹੋਰ ਇਹ ਤੋਂ ਵੱਧ ਕੀ ਹੋਣਾ। ਮੇਰੀ ਗੱਲ, ਮੇਰੀਆਂ ਅੱਖਾਂ ਨਹੀਂ ਖੁੱਲ੍ਹਣ ਦੀਆਂ ਹੁਣ। ਜਦੋਂ ਕੀ ਕਹਿੰਦੇ ਹੁੰਦੇ ਆ ਨਾ, ਸ਼ੁਰੂ ਦੇ ਵਿੱਚ ਕੋਈ ਲੜਾਈ ਕਰੀਏ ਨਾ, ਬੜਾ ਕੁਝ ਸਹਿਣਾ ਪੈਂਦਾ ਵਾ, ਬੜੇ ਦੁੱਖ ਵੀ ਵੇਖਣੇ ਪੈਂਦੇ ਆ, ਫਿਰ ਦੁੱਖ ਵੇਖਾਂਗੇ ਤੇ ਫਿਰ ਜਾ ਕੇ ਸੁੱਖ ਮਿਲੂਗਾ। ਚਲੋ, ਅਜੇ ਤਾਂ ਮੈਂ ਦੁੱਖ ਹੀ ਵੇਖਣ ਡੀ ਹਾਂ, ਸੁੱਖ ਵੇਖੋ ਕਦੋਂ ਮਿਲਦਾ ਹੈ। ਉਹ ਹੌਸਲਾ ਰੱਖੋ, ਸੁੱਖ ਵੀ ਮਿਲ ਜੂਗਾ, ਪਰ ਇਹ ਆ ਸੁੱਖ ਲੈਣ ਵਾਸਤੇ ਨਾ ਸਾਨੂੰ ਆਪਣੇ ਅਸਲੀ ਰੰਗ ਵਿਖਾਉਣੇ ਪੈਣੇ ਆ। ਇਹਨਾਂ ਨੂੰ ਤੰਗ ਹੀ ਆਪਾਂ ਇੰਨਾ ਕਰ ਦਈਏ ਕਿ ਇਹਨਾਂ ਨੂੰ ਹਾਰ ਕੇ ਮਜਬੂਰੀ ਵਿੱਚ ਕਹਿਣਾ ਪਵੇ ਕਿ ਕੋਈ ਨਹੀਂ, ਤੁਸੀਂ ਆਪਣਾ ਚੁੱਲ੍ਹਾ ਚੌਂਕਾ ਵੱਖ ਕਰ ਲਓ, ਨਹੀਂ ਜੇ ਇਕੱਠਿਆਂ ਟਾਈਮ ਪਾਸ ਹੁੰਦਾ। ਫਿਰ ਆਪਾਂ ਇਹ ਵੀ ਕਹਿ ਦਾਂਗੇ, ਆਪਾਂ ਤਾਂ ਤੁਹਾਨੂੰ ਪਿਆਰ ਨਾਲ ਕਿਹਾ ਸੀ ਰਹਿਣ ਵਾਸਤੇ, ਤੁਸੀਂ ਮੰਨੇ ਹੀ ਨਹੀਂ, ਹੁਣ ਵੀ ਤਾਂ ਹਾਰ ਕੇ ਵੱਖ ਹੋਣ ਹੀ ਲੱਗੇ ਜੇ। ਨਹੀਂ ਵੇਖ ਲਾ, ਇੱਦਾਂ ਗੱਲ ਬਣ ਜਾਏਗੀ। ਉਹ ਸਿਆਣੇ ਕਹਿੰਦੇ ਹੁੰਦੇ ਆ ਨਾ, 365 ਚਲਿੱਤਰ ਨਾਰ ਦੇ ਇਹੀ ਬੰਦੇ ਨੂੰ ਮਾਰ ਦੇ। ਬੁੱਢੀਆਂ ਕੀ ਕੁਛ ਨਹੀਂ ਕਰਵਾ ਲੈਂਦੀਆਂ, ਬੰਦੇ ਤਾਂ ਨੱਚਦੇ ਫਿਰਦੇ ਆ। ਚੱਲ ਵੇਖ ਲਾ ਫਿਰ, ਪਹਿਲਾਂ ਤੂੰ ਨਚਾਲਾ ਹਾਂ ਵਿੱਕੀ ਨੂੰ, ਅਤੇ ਜੇ ਉਹ ਮੰਨ ਜਾਏਗਾ ਤਾਂ ਮੁੜ ਕੇ ਮੈਂ ਵੀ ਫਿਰ ਮਗਰੇ ਕੋਸ਼ਿਸ਼ ਕਰਾਂਗੀ। ਅੱਛਾ, ਬੜੇ ਚਲਾਕ ਜੀ ਤੁਸੀਂ, ਪਹਿਲਾਂ ਮੈਂ ਵਿੱਕੀ ਨੂੰ ਮਨਾਵਾਂ, ਬਾਅਦ 'ਚੋਂ ਤੁਸੀਂ ਸੋਨੂੰ ਵੀ ਭਾਅ ਜੀ ਨੂੰ ਮਨਾਓ, ਉਹਨੇ 'ਚ ਇਹਨੂੰ ਵਿੱਕੀ ਵਿਗੜ ਜੇ, ਫਿਰ ਤਾਂ ਅਸੀਂ ਇਹਨਾਂ ਕੰਮਾਂ 'ਚ ਹੀ ਰਵਾਂਗੀਆਂ। ਕਹਿੰਦੇ ਹੁੰਦੇ ਸਿਆਣੇ ਏਕਤਾ ਵਿੱਚ ਬਲ ਹੁੰਦਾ ਵਾ, ਦੋਵੇਂ ਰਲ ਕੇ ਕੰਮ ਕਰਾਂਗੇ ਨਾ, ਅਤੇ ਵੇਖੀ ਸਹੀ ਕਿੱਡੀ ਛੇਤੀ ਵੱਖਰੇ ਵੱਖਰੇ ਰਾਹ ਹੋ ਜਾਣੇ ਆਪਣੇ। ਇੱਕ ਤਾਂ ਤੇਰੇ ਸਿਆਣੇ ਬੜੇ ਕਈ ਕੁਛ ਕਹਿੰਦੇ ਆ। ਜਿੰਨੀਆਂ ਕਹਾਵਤਾਂ ਮੈਨੂੰ ਆਉਂਦੀਆਂ ਨਾ, ਇੰਨੀਆਂ ਤਾਂ ਮੇਰੀ ਸੱਸ ਨੂੰ ਵੀ ਨਹੀਂ ਆਉਂਦੀਆਂ ਹੋਣੀਆਂ। ਚੱਲ ਠੀਕ ਆ, ਵੇਲਾ ਮੇਰੀ ਭੈਣ ਬਣ ਕੇ ਤੇਰੇ ਕਰਕੇ ਮੈਂ ਡਈ ਹਾਂ, ਕੁਛ ਆਪਣੇ ਕਰਕੇ ਵੀ, ਅਤੇ ਚੱਲ ਕਿਤੇ ਜ਼ਿੰਦਗੀ ਸਵਾਰੀ ਜਾਊਗੀ, ਤਾਂ ਕਰਕੇ ਨਹੀਂ ਤਾਂ ਮੈਨੂੰ ਕੀ ਫਾਹ ਪਿਆ ਵਾ ਇਹੋ ਜਿਹੇ ਕੰਮ ਕਰਨ ਦਾ। ਚੱਲ ਠੀਕ ਹੈ ਫਿਰ, ਅੱਜ ਤੋਂ ਹੀ ਸ਼ੁਰੂ ਕਰਦੇ ਹਾਂ, ਠੀਕ ਹੈ ਨਾ? ਆਹੋ, ਮੈਂ ਕਿਹਾ ਚੱਲ ਮੇਰੀ ਭੈਣ ਵੀ ਵਿਚਾਰੀ ਕਿਤੇ 4 ਸਾਲ ਜ਼ਿੰਦਗੀ ਦੇ ਸੌਖੇ ਕੱਟ ਲਏ। ਆਹੋ ਆਹੋ, ਚੱਲ ਵਧੀਆ ਸੋਚਿਆ ਕਿ ਮੇਰੇ ਬਾਰੇ ਵੀ ਤੂੰ। ਚੱਲ ਠੀਕ ਹੈ ਫਿਰ, ਠੀਕ ਆ। ਮੈਨੂੰ ਚੁੰਨੀ ਲੱਭਣ ਡੀ ਸੀ, ਮੈਨੂੰ ਚੁੰਨੀ ਨਹੀਂ ਲੱਭਣ ਡੀ, ਪਤਾ ਨਹੀਂ ਕਿਹੜੇ ਖੂਹ 'ਚ ਪੈ ਗਈ ਆ ਯਾਰ। ਵੇਖ ਲਾ ਕਿਤੇ ਹੋਰ ਕਿਤੇ ਹੋਣੀ ਆ, ਮੈਂ ਤਾਂ ਨਹੀਂ ਵੇਖੀ। ਕਮਰੇ 'ਚ ਵਿੰਨੀ ਆ, ਜਾ ਉੱਧਰ ਵੇਖ ਲਾ। ਸੰਦੀਪ, ਹਾਂਜੀ ਮੰਮੀ, ਤੂੰ ਇਕੱਲੀ ਕੰਮ ਕਰਨ ਰਹੀ ਆ ਤੇ ਉਹਨਾਂ ਦੋਵਾਂ ਨੂੰ ਕੀ ਗੱਲ ਵਾ? ਉਹ ਗਾਈ ਦੇ ਮਗਰ ਵੀ ਕਿਤੇ ਗੋਹਾ ਉਦਾਂ ਹੀ ਪਿਆ, ਨਾ ਕਿਤੇ ਬੋਕਰ ਨਾ ਭਾਰੀ ਫੇਰੀ ਆ, ਅੱਜ ਗੱਲ ਕੀ ਆ ਇਹਨਾਂ ਨੂੰ? ਅੱਜ ਤੇ ਪ੍ਰੀਤੀ ਦੀ ਵਾਰੀ ਸੀ ਤੇ ਉਹਨੇ ਗਾਈ ਥੱਲੇ ਕੀਤਾ ਨਹੀਂ ਕੋਈ ਸਾਫ਼? ਨਾ, ਜਾ ਕੇ ਤੇ ਵੇਖ ਕਿ ਦਖਲਾਰਾ ਪਿਆ ਆ। ਪਤਾ ਨਹੀਂ ਫਿਰ ਮੰਮੀ ਕੀ ਗੱਲ ਆ, ਇੱਥੇ ਰਸੋਈ 'ਚ ਵੀ ਨਹੀਂ ਕੋਈ ਆਈ ਦੋਵਾਂ 'ਚੋਂ ਇੱਕ ਜਾਣੀ ਵੀ,
ਮੈਂ ਹੀ ਰਹੀ ਹਾਂ ਇੱਥੇ ਕੰਮ ਕਰਨ ਉਦੋਂ ਦੀ। ਅੰਦਰ ਤੇ ਨਹੀਂ ਕੋਈ ਕੰਮ ਧੰਦਾ ਕਰਨ ਡੀਆਂ? ਪਤਾ ਨਹੀਂ, ਨਾ ਤੇ ਮੈਂ ਜਾ ਕੇ ਵੇਖਿਆ ਹੀ ਆ। ਮੈਨੂੰ ਤੇ ਇਹੀ ਹੋ ਵੀ ਵਿੱਕੀ ਤੇ ਸੋਨੂੰ ਆਉਣ ਵਾਲੇ ਆ ਤੇ ਉਹਨਾਂ ਨੇ ਵੀ ਆ ਕੇ ਹਲੇ ਰੋਟੀ ਖਾਣੀ ਆ, ਤੇ ਮੈਂ ਚੱਲ ਉੱਥੇ ਪਹਿਲਾਂ ਮੈਂ ਭਾਂਡੇ ਜਿਹੜੇ ਹੈਗੇ ਚਾਰ ਮਾਂਜ ਲਾਂ, ਬਾਅਦ ਚੋਂ ਫਿਰ ਰੋਟੀ। ਚੱਲ ਮੈਂ ਭਲਾ ਵੇਖਦੀ ਹਾਂ, ਹੋ ਸਕਦਾ ਸਾਫ਼ ਸਫਾਈ ਕਰਨ ਡੀਆਂ ਦੋਵੇਂ ਜਾਣੀਆਂ ਅੰਦਰ। ਹਾਂਜੀ ਵੇਖੋ ਜਾ ਕੇ। ਪ੍ਰੀਤ ਨਹੀਂ, ਪ੍ਰੀਤ ਨਹੀਂ, ਤੂੰ ਦਿਨੇ ਦੁਪਹਿਰੇ ਸੁੱਤੀ ਆ, ਕਿਤੇ ਗਾਈਆਂ ਥੱਲੇ ਇੰਨਾ ਗੋਡੇ ਗੋਡੇ ਚੜਿਆ, ਕਿਤੇ ਗੋਹਾ, ਕਿਤੇ ਬਾਰੀ ਨਹੀਂ ਫਿਰੀ, ਕਿਤੇ ਕੁਛ ਨਹੀਂ, ਤੇ ਤੂੰ ਤੈਨੂੰ ਕਾਹਦੀ ਨੀਂਦ ਆਈ ਆ? ਮੰਮੀ ਨੀਂਦ ਕਿੱਥੇ ਮੈਨੂੰ ਆਉਂਦੀ ਆ, ਮੈਂ ਤੇ ਗਈ ਸੀ ਗੋਹਾ ਸੁੱਟਣ, ਤੇ ਉਹ ਮੈਂ ਜਦੋਂ ਬਾਲਟਾ ਚੁੱਕਣ ਲੱਗੀ ਨਾ, ਤੇ ਉਹ ਮੇਰੇ ਹੱਥ ਨੂੰ ਮੜੋੜਾ ਜਿਹਾ ਆ ਗਿਆ ਗੁੱਟ ਨੂੰ, ਤੇ ਮੇਰਾ ਹੱਥ ਪੀੜ ਹੋ ਹੀ ਜਾਣ ਡਿਆ ਉਦੋਂ ਦਾ। ਨੀ ਕੁਛ ਨੀ ਹੋਇਆ ਗੁੱਟ ਨੂੰ, ਉਹ ਮਾਸਾ ਕ ਕਿਤੇ ਨਾਰ ਤੇ ਨਾਰ ਚੜ ਗਈ ਹੋਣੀ। ਕਿ ਦੱਸ ਕੀ ਹੋਇਆ ਇਹਨੂੰ? ਹੱਥ ਨਾ ਲਾਇਓ, ਮੈਂ ਕਹਿਣ ਡੀ ਕਿ ਕਿਤੇ ਮਾਸ ਨਾ ਫਟ ਗਿਆ। ਨੀ ਕੁਛ ਨੀ ਹੋਇਆ, ਉਥੋਂ ਮਾਸਾ ਕ ਗਰਮ ਕਰਕੇ ਤੇਲ ਇਹਨੂੰ ਮਾਲ, ਐਦਾਂ ਦਾ ਕਰ ਮਾਲਿਸ਼, ਤੇ ਜਾ ਕੇ ਤੇ ਕੰਮ ਧੰਦਾ ਕਰ, ਸਾਰਾ ਕੁਛ ਠੀਕ ਹੋ ਜਾਣਾ ਵਾ। ਉਹ ਨਹੀਂ ਨਹੀਂ ਮੰਮੀ, ਆਹ ਕੰਮ ਨਹੀਂ ਮੈਂ ਕਰਨਾ ਵੀ, ਇਹ ਜਿਹੜੇ ਕੰਮ ਤੁਹਾਡੇ ਬਾਰੇ ਸਾਰੇ ਚ ਹੁੰਦੇ ਸੀ, ਹੁਣ ਐਵੇਂ ਕਿਤੇ ਬਾਅਦ ਚ ਨੁਕਸ ਵੱਧ ਗਿਆ, ਤੇ ਫਿਰ ਮੈਂ ਕਿੱਧਰ ਨੂੰ ਜਾਣਾ ਵਾ? ਫਿਰ ਵੀ ਹੱਥ ਦਾ ਕੰਮ ਵਾ, ਕੋਈ ਨੀ ਆਉਂਦੀ ਆ ਨਾ ਵਿੱਕੀ, ਤੇ ਮੈਂ ਵਿਖਾ ਲਿਆਉਂਦੀ ਆ ਕਿਤੇ ਮਾਸ ਮੂਸ ਨਾ ਪਾਟਾ ਹੋਵੇ। ਨੀ ਕੋਈ ਮਾਸ ਨੀ ਪਾਟਾ, ਮਾਸਾ ਕਿੱਦਾਂ ਕਰਨਾ, ਤੇਰਾ ਮਾਸ ਪਾਟ ਗਿਆ, ਬਹੁਤ ਨਖਰੇ ਦਾ ਕਰਿਆ ਕਰ, ਚੁੱਪ ਕਰਕੇ ਤੇ ਉੱਠ ਕੇ ਕੰਮ ਕਰ, ਸਾਰਾ ਕੁਝ ਠੀਕ ਹੋ ਜਾਣਾ ਵਾ। ਮੰਮੀ ਮੇਰੀ ਗੱਲ ਸੁਣੋ, ਮੀ ਮੈਂ ਤੇ ਸਗੋਂ ਕਹਿਣ ਨਹੀਂ ਡਈ ਸੀ ਕਿ ਕੋਈ ਮੈਨੂੰ ਬਾਲਟਾ ਚੁਕਾ ਦੇ, ਇੱਦਾਂ ਆਪ ਬਾਲਟਾ ਚੁੱਕੀਏ ਤੇ ਔਖਾ ਤੇ ਹੋ ਹੀ ਜਾਂਦਾ ਵਾ ਨਾ, ਬਾਕੀ ਜੇ ਤੁਹਾਨੂੰ ਲੱਗਦਾ ਨਾ ਕਿ ਮੈਂ ਪਖੰਡ ਕਰਦੀ ਹਾਂ, ਤੇ ਚਲੋ ਕੋਈ ਗੱਲ ਨਹੀਂ, ਮੈਂ ਕੰਮ ਕਰ ਲੈਂਦੀ, ਇੱਕ ਹੱਥ ਨਾਲ ਮੇਰੇ ਕੋਲ ਕੰਮ ਕੀਤਾ ਜਾਣਾ, ਹੱਥ ਮੇਰਾ ਦੁਖਣ ਬੜਾ ਡਿਆ ਆ। ਕੁਛ ਨੀ ਹੁੰਦਾ, ਤੇਲ ਮਾਲ ਕੇ ਮਾਸਾ ਤੇ ਕੰਮ ਕਰ ਰਿਹਾ, ਐਵੇਂ ਨਾ ਇੰਨੀ ਕਿੰਨੀ ਕੰਮਾਂ ਤੇ ਨੀ ਇੱਦਾਂ ਕਰੀਦਾ ਵੀ ਮੈਨੂੰ ਆਹ ਹੋ ਗਿਆ ਤੇ ਆਹ ਹੋ ਗਿਆ ਵਾ। ਉੱਠ ਤੇ ਚੱਲ, ਕੋਈ ਨੀ ਮੰਮੀ, ਫਿਰ ਤੁਸੀਂ ਮਾੜੀ ਜਿਹੀ ਝਾੜੂ ਮਾਰ ਦਿਓ, ਕੋਈ ਨੀ ਮੈਂ ਆਣ ਕੇ ਕਰਦੀ ਹਾਂ, ਫਿਰ ਕੋਈ ਗੱਲ ਨੀ ਮੈਂ ਤੇਲ ਮਾਰ ਲੈਂਦੀ ਹਾਂ ਨਾ। ਚੱਲ ਆ ਜਾ, ਮੈਂ ਵੀ ਝਾੜੂ ਮਾਰ ਦੇਣੀ ਆ, ਚੱਲ ਆ ਚੁੱਕ, ਤੂੰ ਚੁੱਕੀ ਜਾ, ਆ ਜਾ। ਮਾਸਾ ਕ ਪਤਾ ਨੀ ਕੁਛ ਹੋਇਆ ਕਿ ਨਹੀਂ ਹੋਇਆ, ਤੇ ਪੱਜ ਲਾ ਕੇ ਤੇ ਬਹਿ ਗਈ ਆ। ਹਾਂ ਅੱਜ ਪੱਜ ਲਾਉਣ ਵਾਲੀ ਭਲਾ ਕਿਹੜੀ ਗੱਲ ਹੋਈ, ਹੁਣ ਤਾਂ ਵੀ ਮੰਮੀ ਜ਼ਿਆਦਾ ਹੀ ਪਖੰਡ ਕਰਦੀ ਆ, ਆਪ ਵੀ ਤੇ ਹੱਟੀ ਕੱਟੀ ਆ, ਆਪ ਨੀ ਬੜਾ ਕੰਮ ਕਰ ਸਕਦੀ, ਜੇ ਕਹੋ ਤੇ ਉਸੇ ਵੇਲੇ ਮੂੰਹ ਬਣਾ ਲੈਣਾ। ਅਸੀਂ ਮੈਂ ਤੇ ਸਾਰੀ ਉਮਰ ਕੰਮ ਕੀਤਾ ਹੀ ਆ, ਹੁਣ ਤੁਹਾਡੀ ਵਾਰੀ ਆ, ਤੁਸੀਂ ਕੰਮ ਕਰੋ ਚਾਹੇ ਨਾ ਕਰੋ, ਫਿਰ ਇੱਦਾਂ ਡਰ ਬਣਾ ਹੁੰਦਾ ਗੱਲਾਂ ਕਰਨ, ਗੁੱਸਾ ਤੇ ਵੀ ਤੂੰ ਬੜਾ ਚੜ੍ਹਦਾ ਵਾ। ਕੋਈ ਗੱਲ ਨੀ, ਹੌਲੀ ਹੌਲੀ ਵੇਖੀ ਸੀ, ਸਾਰਿਆਂ ਨੂੰ ਆਪਣੇ ਹੱਥ 'ਚ ਕਰ ਲੈਣਾ ਵਾ। ਤੁਹਾਡੀ ਉਮਰ ਕਿਹੜੀ ਤੇ ਮੇਰੀ ਕਿਹੜੀ? ਨੀ ਉਮਰ ਨੂੰ ਕੀ ਆ, ਦੱਸ ਦਾਰੂ ਹੀ ਆ, ਏਦਾਂ ਨਾ ਥੋੜੀ ਹੁੰਦਾ ਵਾ, ਉਮਰ ਦੇ ਹਿਸਾਬ ਨਾਲ ਦਾਰੂ ਪਾਈਦਾ ਵਾ, ਡਾਕਟਰਾਂ ਨੂੰ ਪੁੱਛ ਕੇ ਵੇਖੋ ਕਿਤੇ। ਇੱਕ ਉਧਰ ਮੰਜੇ ਤੇ ਪਈ ਆ, ਉਹ ਮਾੜੇ ਜਿਹਾ ਪਤਾ ਨੀ ਬਾਹਰ ਕੁਛ ਹੋਇਆ ਕਿ ਨਹੀਂ ਹੋਇਆ, ਉਹ ਗੁੱਟ ਲੈ ਕੇ ਤੇ ਬੈਠੀ ਓ, ਤੇ ਬਾਹਰੋਂ ਮੁੰਡਿਆਂ ਨੇ ਆਉਣਾ ਹੀ, ਉਹਨਾਂ ਰੋਟੀ ਖਾਣੀ ਆ, ਕਮ ਸੇ ਕਮ ਤੁਹਾਨੂੰ ਇੰਨਾ ਤੇ ਫਿਕਰ ਹੋਣਾ ਚਾਹੀਦਾ ਵੀ ਤੁਹਾਡੇ ਆਦਮੀਆਂ ਨੇ ਬਾਹਰੋਂ ਆਉਣਾ, ਉਹਨਾਂ ਨੂੰ ਅਸੀਂ ਰੋਟੀ ਟੁੱਕ ਦੇਣਾ ਵਾ। ਉਹ ਸਿਰ ਰਸੋਈ 'ਚ ਇਕੱਲੀ ਵੜੀ ਆ, ਕਦੀ ਉਹ ਕੋਈ ਕੰਮ ਕਰਦੀ, ਕਦੀ ਕੋਈ, ਤੇ ਤੁਹਾਨੂੰ ਕੀ ਗੱਲ ਹੋ ਗਈ ਅੱਜ ਦੋਵਾਂ ਜਾਣੀਆਂ ਨੂੰ? ਮੰਮੀ ਉਹਦਾ ਤਾਂ ਮੈਨੂੰ ਪਤਾ ਨਹੀਂ, ਤੇ ਮੇਰੀਆਂ ਤਾਂ ਤੁਹਾਨੂੰ ਅੱਖਾਂ ਲੱਭਣ ਹੀ ਡਈਆਂ ਵੀ ਕਿੰਨੀਆਂ ਖਰਾਬ ਆ, ਬਾਹਰ ਜਾਵਾਂ ਤਾਂ ਧੁੱਪ ਚੁੱਭਦੀ ਆ। ਹਾਏ ਧੁੱਪ ਚੁੱਭਦੀ ਆ, ਤੇ ਮੈਂ ਕਿਹੜਾ ਤੈਨੂੰ ਉੱਥੇ ਪੋਚੇ ਧੁੱਪੇ ਲਾਉਣ ਡਾ ਦੇ ਲੱਗੀ ਆ, ਕੰਮ ਤੇ ਫਿਰ ਰਸੋਈ 'ਚ ਕਰਨਾ ਵਾ, ਆਵੇ ਦੋਵੇਂ ਜਣੀਆਂ ਨਖਰੇ ਕਰਕੇ ਤੇ ਬਹਿ ਜਾ ਕਰੋ ਚੰਗਾ। ਰਸੋਈ 'ਚ ਵੀ ਥੋੜੀ ਕੰਮ ਹੁੰਦਾ ਵਾ, ਉੱਥੇ ਲੂਣ ਮਿਰਚ ਪਾਉਣਾ ਜੇ ਵੱਧ ਘੱਟ ਪੈ ਗਿਆ ਸਬਜ਼ੀ 'ਚ, ਤੇ ਫਿਰ ਮੈਨੂੰ ਤੇ ਚੰਗੀ ਤਰ੍ਹਾਂ ਲੱਭਣ ਨਹੀਂ ਡਿਆ। ਤੇ ਲੂਣ ਮਿਰਚ ਸਬਜ਼ੀ 'ਚ ਪਾਉਣਾ, ਅੱਖਾਂ 'ਚ ਤੇ ਨਹੀਂ ਪਾਉਣਾ।
ਹੱਦੀ ਹੋ ਗਈ ਤੁਹਾਡੇ ਵਾਲੀ ਤੇ ਹੋਣਿਆ ਆਉਣਗੇ ਨਾ ਤੇ ਫਿਰ ਅੱਖਾਂ ਵਿਖਾ ਕੇ ਆਉਣੀਆਂ ਵਾ ਤੇ ਫਿਰ ਕੁਛ ਨਾ ਕੁਛ ਹੋਣਾ ਵਾ ਇਦਾਂ ਨਹੀਂ ਟੋਤ ਜੀਦਾ ਤੂੰ ਇਦਾਂ ਕੱਢਿਆ ਆ ਤੇ ਉਦਾਂ ਤੂੰ ਆਨੀ ਮੇਰੀਆਂ ਅੱਖਾਂ ਨਹੀਂ ਗਈਆਂ ਠੀਕ ਉਹਦੇ ਚ ਤੇ ਤੇਰਾ ਕੋਈ ਫਰਕ ਨਹੀਂ ਹੈਗਾ ਟੋਰ ਚ ਲੈ ਇਹਦੇ ਚ ਟੋਰ ਵਿੱਚ ਤੇ ਅੱਖਾਂ ਨਾਲ ਕੀ ਕਨੈਕਸ਼ਨ ਆ ਉਹਨੂੰ ਵੀ ਮੈਂ ਕਹਿ ਕੇ ਆਈਗਾ ਤੇ ਤੂੰ ਵੀ ਉੱਠ ਉਹਨਾਂ ਮੁੰਡਿਆਂ ਨੇ ਉਹਨਾਂ ਰੋਟੀ ਖਾਣੀ ਆ ਤੇ ਉੱਠ ਕੇ ਤੂੰ ਸੋਈ ਚ ਹੋ ਜਾ ਉਹ ਕੱਲੀ ਜਾਨੀ ਫਾਇਲ ਲੱਗੀ ਆ ਤੇ ਕੋਈ ਗੱਲ ਨਹੀਂ ਮੰਮੀ ਰੋਟੀ ਖਾਣੀ ਆ ਤੇ ਉਹ ਵੀ ਤੇ ਭਰਜਾਈ ਹੈ ਫਿਰ ਕੀ ਹੋਗਾ ਜੋ ਅੱਜ ਦੀ ਦਿਹਾੜੀ ਉਹ ਕਰ ਦੇਗੀ ਰੋਜ਼ ਮੈਂ ਹੀ ਕਰਦੀ ਆ ਨਹੀਂ ਆਪਣੇ ਆਦਮੀ ਨੇ ਰੋਟੀ ਆਪ ਹੀ ਫੜਾਈ ਦੀ ਆ ਭਰਜਾਈ ਕੀ ਕਰੇ ਭਾਂਡਾ ਛੰਨਾ ਚੁੱਕਣ ਦਈ ਸਬਜ਼ੀ ਸੁਬਜ਼ੀ ਬਣਾਉਣ ਦਈ ਆ ਫੁਲਕੇ ਉੱਤੇ ਲਾ ਕੇ ਤੇ ਖਵਾ ਲਾਉਂਦਿਆਂ ਨੂੰ ਉਹਨਾਂ ਨੂੰ ਚੱਲ ਕੋਈ ਨਹੀਂ ਦੋ ਤੁਸੀਂ ਕਦ ਫੜਾ ਦਿਓ ਰੋਟੀਆਂ ਨਾਲ ਤੁਸੀਂ ਦੋ ਦਿਨ ਕੰਮ ਕਰਾ ਦਿਓ ਕੁਛ ਨਹੀਂ ਹੋ ਚੱਲਿਆ ਤੁਹਾਡਾ ਵੀ ਤਾਂ ਪੁੱਤ ਲੱਗਦਾ ਹੀ ਆ ਮੈਨੂੰ ਹੋਰ ਬੜੇ ਕੰਮ ਵਾ ਠੀਕ ਵਾ ਨਾ ਮੇਰੇ ਵਾਲੇ ਕੰਮ ਬਥੇਰੇ ਆ ਇਹ ਨੌਂ ਧੀਆਂ ਦਾ ਕੰਮ ਹੁੰਦਾ ਵਾ ਤੇ ਪਰ ਇੱਕੋ ਜਾਨੀ ਦੇ ਸਿਰ ਸਹਾਰ ਨਾ ਕਰਿਆ ਕਰੋ ਉੱਠ ਕੇ ਤੇ ਆ ਜਾ ਬਾਹਰ ਮੇਰੇ ਕੋਲ ਨਹੀਂ ਆਇਆ ਜਾਣਾ ਮੇਰੀਆਂ ਅੱਖਾਂ ਪੀੜ ਪਤਾ ਕਿੰਨੀਆਂ ਹੋਣਡੀਆਂ ਵਾ ਆਪੇ ਕਰ ਲਓ ਕੰਮ ਤੇ ਜਾਂ ਦੀਦੀ ਆਪੇ ਕਰ ਲੈਂਦੇ ਆ ਸੰਦੀਪ ਹਾਂਜੀ ਮੰਮੀ ਉਹਨਾਂ ਦੋਵਾਂ ਨੂੰ ਪਤਾ ਨਹੀਂ ਕੀ ਹੋਇਆ ਜੀ ਇੱਕ ਤੇ ਗੁੱਟ ਲੈ ਕੇ ਬੈਠੀ ਉਹ ਵੀ ਮੈਂ ਇਹ ਬਾਲਟਾ ਚੁੱਕ ਲਿਆ ਸੀ ਤੇ ਮੇਰੇ ਪਤਾ ਨਹੀਂ ਕੀ ਹੋ ਗਿਆ ਗੁੱਟ ਨੂੰ ਤੇ ਦੂਜੀ ਆਖੀ ਜਾਂਦੀ ਮੇਰੀਆਂ ਅੱਖਾਂ ਖਰਾਬ ਆ ਹੁਣ ਮੈਨੂੰ ਨਹੀਂ ਪਤਾ ਵੀ ਇਹਨਾਂ ਨੂੰ ਕੁਛ ਹੋਇਆ ਕਿ ਜਾਂ ਪਖੰਡ ਕਰਨ ਡਈਆਂ ਆ ਮੰਮੀ ਹੋ ਹੀ ਜਾਂਦਾ ਸਰੀਰ ਤੇ ਵਾਧਾ ਘਾਟਾ ਕੋਈ ਨਾ ਕੋਈ ਪਖੰਡ ਉਹਨਾਂ ਨੇ ਕਿਹੜੀ ਗੱਲੋਂ ਕਰਨੇ ਆ ਅੱਗੇ ਰੋਜ਼ ਕਰਦੀਆਂ ਹੀ ਆ ਕੰਮ ਚੱਲ ਕੋਈ ਨਹੀਂ ਤੁਸੀਂ ਐਵੇਂ ਇਦਾਂ ਗੁੱਸਾ ਨਾ ਕਰੋ ਕੋਈ ਨਹੀਂ ਮੈਂ ਸਾਂਭ ਲੈਣੀ ਸਾਰਾ ਕੰਮ ਰਸੋਈ ਦਾ ਵੀ ਤੇ ਬਾਹਰਲਾ ਵੀ ਨਹੀਂ ਬਾਹਰ ਦਾ ਤੂੰ ਕੀ ਕਰਨਾ ਵਾ ਉਹ ਮੈਂ ਕਰਕੇ ਆਉਣੀ ਆ ਤੇ ਤੂੰ ਰਸੋਈ ਦਾ ਕਰ ਲਾ ਤੂੰ ਕੱਲੀ ਨੇ ਕਿੱਧਰ ਕਿੱਧਰ ਹੋ ਜਾਣਾ ਵਾ ਚਲੋ ਠੀਕ ਆ ਫਿਰ ਮੈਂ ਇਦਾਂ ਕਰਦੀ ਆ ਦਾਲ ਧਰ ਕੇ ਆਟਾ ਗੁੰਨ ਕੇ ਤੇ ਮੈਂ ਆਉਣੀ ਆ ਤੁਹਾਡੇ ਨਾਲ ਕਰਾਉਣੀ ਆ ਤੁਸੀਂ ਉਹਨਾਂ ਚਿਰ ਮਾੜਾ ਮੋਟਾ ਮਾਂਜਾ ਮੂੰਜਾ ਮਾਰ ਤੂੰ ਮੇਰੇ ਨਾਲ ਨਾ ਕੁਛ ਵੀ ਕਰਾ ਪਤਾ ਕਿਉਂ ਤੂੰ ਆਪਣਾ ਇੱਧਰ ਦਾ ਕਰ ਮੁੰਡਿਆਂ ਰੋਟੀ ਵੀ ਖਾਣੀ ਆ ਤੇ ਮੈਂ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਂ ਬੋਕਰਬਾਜ਼ੀ ਫੇਰ ਲਾ ਕੇ ਫੇਰ ਉਹ ਕਲਪਣਗੇ ਵੀ ਕਿੰਨਾ ਖਲਾਰਾ ਪਿਆ ਵਾ ਗਾਈਆਂ ਦੇ ਥੱਲੇ ਤੂੰ ਇੱਧਰ ਦਾ ਸਮਾਲ ਉੱਧਰ ਦਾ ਮੈਂ ਕਰ ਲੈਣਾ ਨਾ ਠੀਕ ਆ ਮੰਮੀ ਮੈਂ ਬਾਲ ਕਰ ਲਾ ਫੇਰ ਪ੍ਰੀਤ ਉੱਠ ਖਲੋ ਰੋਟੀ ਲਿਆ ਬਹੁਤੀ ਭੁੱਖ ਲੱਗੀ ਆਉਂਦੇ ਤੁਸੀਂ ਰੋਟੀ ਮੰਗਣ ਡੈ ਪਏ ਜੇ ਮੇਰਾ ਹਾਲ ਚਾਲ ਪੁੱਛਿਆ ਕਿ ਇਹਨੇ ਇੱਕ ਵਾਰੀ ਵੀ ਨਹੀਂ ਪੁੱਛਿਆ ਹੈਗਾ ਵੀ ਕੀ ਹੋਇਆ ਤੇਰੇ ਹਾਲ ਨੂੰ ਚੰਗੀ ਭਲੀ ਤਾਂ ਹੈਗੀ ਆ ਕੀ ਤੈਨੂੰ ਗੋਲਾ ਵੱਜਾ ਮੇਰਾ ਗੁੱਡ ਦੁਖਣ ਡਿਆ ਵਾ ਕਿਤੇ ਉਹਦੇ ਨਾਲ ਘੜੀ ਲੰਮੀ ਨਹੀਂ ਪਿਆ ਗਿਆ ਦੁਖਣ ਕਰਕੇ ਉਹਨੂੰ ਦੀ ਹਾਏ ਹਾਏ ਕਰਨ ਡਈ ਆ ਤੇ ਜੇ ਮੰਮੀ ਆਏ ਆ ਤੇ ਆਣ ਕੇ ਹਾਲ ਚਾਲ ਹੀ ਪੁੱਛਿਆ ਆਹੇ ਕੰਮ ਦਾ ਢੇਰ ਪਿਆ ਵਾ ਕੰਮ ਕਰ ਉੱਠ ਕੇ ਬੱਤੀ ਬੱਤੀ ਮੈਨੂੰ ਗੱਲਾਂ ਕਰਕੇ ਗਏ ਆ ਕਿਹੜਾ ਗੁੱਟ ਨਹੀਂ ਦੁਖਣ ਡਿਆ ਆਹ ਵਾਲਾ ਤੂੰ ਗੁੱਡ ਹਿੱਲਣ ਤੇ ਚੰਗਾ ਕਰ ਰਿਹਾ ਹਿੱਲਣ ਤੇ ਹਿੱਲਣ ਤੇ ਡਿਆ ਵਾ ਕੋਈ ਜ਼ਿੰਦਗੀ ਨਹੀਂ ਹੈਗੀ ਸਾਂਝੇ ਘਰ ਦੀ ਤੇ ਕਿਸੇ ਨੂੰ ਨਾ ਕੋਈ ਬਿਮਾਰੀ ਨਾ ਲੱਗੇ ਚੱਲ ਉੱਠ ਦਵਾਈ ਲੈ ਆਉਂਦੇ ਹਾਂ
ਦਵਾਈ ਵੀ ਕੀ ਲਿਆਉਣੀ ਆ, ਦਵਾਈਆਂ ਨਾਲ ਵੀ ਨਹੀਂ ਛੇਤੀ ਅਰਮਾਨ ਆਉਂਦਾ ਹੈਗਾ। ਤੇ ਹੋਰ ਕਾਹਦੇ ਨਾਲ ਆਉਣਾ ਅਰਮਾਨ? ਆ ਮਾੜੇ ਮੋਟੇ ਡਾਕਟਰ ਇੱਦਾਂ ਹੀ ਬੈਠੇ ਹੁੰਦੇ ਤੇ ਕਰਨਾ ਬੁਲਾ ਕੇ, ਹੈ ਨਹੀਂ ਇਹਨਾਂ ਕੋਲ ਫਰਕ ਫੁਰਕ ਪੈਂਦਾ। ਚੱਲ ਫਿਰ ਮੈਂ ਤੈਨੂੰ ਚੰਡੀਗੜ੍ਹ ਲੈ ਚੱਲਦਾ, ਉੱਥੇ ਨਵਾਂ ਗੁੱਟ ਲਵਾ ਲਿਆਉਂਦਾ। ਤੁਹਾਨੂੰ ਤੇ ਮਜ਼ਾਕ ਸੋਚਦਾ ਰਹਿੰਦਾ ਹਰ ਗੱਲ ਦੇ ਉੱਤੇ, ਮੈਨੂੰ ਪੁੱਛ ਕੇ ਵੇਖੋ ਵੀ। ਮੈਂ ਕਹਿਣੀ ਸੀ ਚੱਲ ਕਦੋਂ ਆਉਣਗੇ, ਤੇ ਕਹਿਣਗੇ ਚੱਲ ਕੋਈ ਗੱਲ ਨਹੀਂ ਦਵਾਈ ਦਵਾ ਲਿਆਉਣੇ, ਅਸੀਂ ਚੰਡੀਗੜ੍ਹ ਚੱਲ ਜਾਈਏ। ਬਾਅਦ 'ਚ ਤੁਸੀਂ ਕਹੋਗੇ ਅਮਰੀਕਾ ਚੱਲ ਜਾਈਏ। ਤੇ ਮੈਂ ਹੁਣ ਇਹੋ ਹੀ ਕਿਹਾ ਤੈਨੂੰ ਆ ਕੇ ਵੀ ਦਵਾਈ ਲੈਣ ਚੱਲ ਜਾਈਏ, ਮੈਂ ਫਾਰਸੀ ਤੋਂ ਬੋਲੀ ਨਹੀਂ ਹੈਗੀ ਤੇਰੇ ਨਾਲ। ਆਪੇ ਤਾਂ ਕਹਿਣ ਦੀ ਮਾੜੇ ਮੋਟੇ ਡਾਕਟਰਾਂ ਕੋਲ ਮਾਨ ਨਹੀਂ ਹੁੰਦਾ। ਤੇ ਨਹੀਂ ਹੁੰਦਾ ਹੈਗਾ ਵੀ, ਮੰਮੀ ਨੇ ਮੈਨੂੰ ਬੜੀਆਂ ਗੱਲਾਂ ਕੀਤੀਆਂ। ਕਹਿ ਵੀ ਤਾਂ ਸਕਦੇ ਆ ਤੁਸੀਂ ਮੰਮੀ ਨੂੰ ਕਿ ਮੰਮੀ ਉਹ ਨਹੀਂ ਠੀਕ, ਤੂੰ ਕਿਉਂ ਉਹਨੂੰ ਇੰਨੀਆਂ ਗੱਲਾਂ ਕੀਤੀਆਂ? ਕੰਮ ਸੀ ਵੀ ਕਿਹੜਾ ਕੰਮ ਤੋਂ ਆਪਾਂ ਡਰਦੇ ਹਾਂ, ਕੰਮ ਕਰੀ ਦਾ ਹੀ ਆ। ਜਦੋਂ ਦੀ ਮੈਂ ਵਿਆਹ ਹੀ ਆਈ ਹਾਂ, ਮੈਂ ਤਾਂ ਆਉਂਦੇ ਗੋਹੇ ਕੂੜੇ ਦੇ ਵਿੱਚ ਵੜ ਗਈ ਹਾਂ। ਕਿਉਂ ਦਿਮਾਗ ਖਰਾਬ ਕਰਨ ਡਈ? ਇੱਕ ਤਾਂ ਬਾਹਰੋਂ ਖਪਦੇ ਆਈਦਾ ਵਾ, ਤਾਂ ਆਉਂਦਿਆਂ ਘਰ ਆ ਕੇ ਡੈ ਪਈ ਹੈ। ਮੈਂ ਮੰਮੀ ਦੇ ਨਾਲ ਹੁਣ ਕੀ ਕਰਾਂ, ਮੰਮੀ ਨੂੰ ਕੀ ਪੁੱਛਾਂ, ਲੜਾਂ ਮੰਮੀ ਦੇ ਨਾਲ ਤੇਰੇ ਬਦਲੇ? ਹਾਂ ਉਹ ਤਾਂ ਗੱਲ ਮਾੜੀ ਹੈ ਤੁਹਾਡੀ ਕਿ ਤੁਸੀਂ ਮੇਰੀ ਗੱਲ ਸੁਣਨੀ ਗਿਣਨੀ ਨਹੀਂ ਹੁੰਦੀ ਵੀ। ਅਸੀਂ ਮੈਂ ਮੰਮੀ ਨਾਲ ਲੜਾਂ, ਮੈਂ ਤੁਹਾਨੂੰ ਕਿਹਾ ਮੰਮੀ ਨਾਲ ਲੜਨ ਨੂੰ, ਗੱਲ ਕਰਨ 'ਚ ਕੋਈ ਹਰਜ ਤਾਂ ਨਹੀਂ ਨਾ ਹੈਗਾ ਵੀ। ਜਦੋਂ ਮੰਮੀ ਆਪ ਨਹੀਂ ਠੀਕ ਹੁੰਦੇ ਆਪਾਂ ਸਾਰਾ ਕੰਮ ਕਰ ਰਹੇ ਹਾਂ। ਆਪਾਂ ਤਾਂ ਕਦੀ ਨਹੀਂ ਕਿਹਾ ਇਹ ਮੰਮੀ ਜਾਣ ਕੇ ਲੰਮੇ ਪਏ ਆ, ਕੰਮ ਨਹੀਂ ਕਰਦੇ ਹੈਗੇ। ਮੈਂ ਬੇਫਜ਼ੂਲੀਆਂ ਗੱਲਾਂ ਕਰੀ ਜਾਣ ਡੀ ਆ, ਤੂੰ ਮੈਨੂੰ ਇਹ ਦੱਸ ਦਵਾਈ ਲੈਣ ਜਾਣਾ ਵਾ ਤਾਂ ਚੱਲ ਮੇਰੇ ਨਾਲ। ਮੈਂ ਨਹੀਂ ਜਾਣਾ ਇੱਥੇ ਦਵਾਈ ਦਵੂਈ ਲੈਣ ਹੈਗਾ। ਪੱਕੀ ਗੱਲ ਆ? ਪੱਕੀ ਗੱਲ ਆ। ਮਰਜ਼ੀ ਆ ਤੇਰੀ, ਨਹੀਂ ਜਾਣਾ ਤਾਂ ਨਾ ਜਾ। ਪਤਾ ਜਿੰਨਾ ਤੱਕ ਮੈਂ ਦਵਾਈ ਖਾਊਂਗੀ ਨਹੀਂ ਤੇਰਾ ਮਾਣ ਕਿੱਦਾਂ ਆਊਗਾ? ਤੇ ਦਵਾਈ ਲੈਣ ਤੂੰ ਜਾਣਾ ਨਹੀਂ, ਖਾਣੀ ਤੂੰ ਹੈ ਨਹੀਂ ਤੇ ਫਿਰ ਮੈਂ ਕੀ ਕਰਾਂ? ਮੈਂ ਲਿਆ ਦੇਣਾ ਜਾ ਕੇ ਦਵਾਈ? ਤੁਸੀਂ ਕਹਿੰਦੇ ਉੱਥੋਂ ਦਵਾਈ ਨਹੀਂ ਮੈਂ ਲੈਣੀ ਹੈਗੀ। ਤੇ ਹੋਰ ਕਿੱਥੋਂ ਲੈਣੀ? ਉਹ ਡਾਕਟਰਾਂ ਨੇ ਨਾ ਕੋਈ ਬੀਪੀ ਚੈੱਕ ਕਰਨ ਵਾਲੀ ਦੇ ਰੱਖੀ ਹੁੰਦੀ ਮਸ਼ੀਨ, ਨਾ ਕੋਈ ਬੁਖਾਰ ਚੈੱਕ ਕਰਨ ਵਾਲੀ ਰੱਖੀ ਹੁੰਦੀ ਆ, ਇੱਦਾਂ ਹੀ ਪੱਤੇ ਵੰਡੀ ਜਾਂਦੇ ਆ। ਪਹਿਲਾਂ ਮੈਂ ਤੇਰਾ ਸਾਰਾ ਚੈੱਕਅਪ ਨਾ ਕਰਾਵਾਂ ਹੈ ਨਾ, ਤਾਂ ਬਾਅਦ ਵਿੱਚ ਤੇਰੇ ਗੁੱਟ ਦੀ ਦਵਾਈ ਲਈਏ। ਹੋਇਆ ਤੇਰੇ ਗੁੱਟ ਨੂੰ ਕਾਹ ਬਾਅਦ, ਤੇਰਾ ਬੀਪੀ ਚੈੱਕ ਨਹੀਂ ਕਰਨਾ, ਪਤਾ ਨਹੀਂ ਕੀ ਹੋ ਗਿਆ ਤੈਨੂੰ? ਉਹ ਸਾਰੇ ਟੈਸਟ ਹੁੰਦੇ ਹੁੰਦੇ ਆ, ਨਾਲ ਪਤਾ ਲੱਗ ਜਾਂਦਾ ਸਰੀਰ 'ਚ ਕਿਹੜਾ ਰੋਗ ਆ ਕਿਹੜਾ ਰੋਗ ਨਹੀਂ ਆ। ਚੱਲ ਕਹਿਣ ਤਾਂ ਡਿਆ ਵਾ ਵੀ ਚੱਲ ਫਿਰ ਉੱਠ ਲੈ ਆਉਂਦੇ ਆ। ਹਾਏ ਰੱਬਾ ਕਿੰਨੀ ਵਾਰੀ ਕਿਹਾ ਇੱਥੇ ਨਹੀਂ ਜਾਣਾ, ਕਿਉਂ ਨਹੀਂ ਤੁਹਾਨੂੰ ਸਮਝ ਲੱਗਦੀ ਹੈਗੀ ਵੀ? ਜਿੱਥੇ ਜਾਣਾ ਉੱਥੇ ਲੈ ਚੱਲਦਾ ਮੈਂ ਤੈਨੂੰ। ਚੱਲ ਜਿੱਥੇ ਜਾਣਾ ਉੱਥੇ ਲੈ ਚੱਲਦਾ ਆ, ਉਹਦੇ ਮੇਰੇ ਨਾਲ ਲੜਾਈ ਕਰਨ ਤੁਸੀਂ ਵੀ ਆਪਣੀ ਮਾਂ ਵਾਂਗੂ ਡੈ ਪਏ ਜੇ। ਮੈਂ ਤਾਂ ਕੋਈ ਲੜਾਈ ਕੀਤੀ ਨਹੀਂ ਹੈਗੀ, ਬੇਫਜ਼ੂਲੀਆਂ ਗੱਲਾਂ ਤੂੰ ਨਹੀਂ ਆ ਕਰਨ ਮੇਰੇ ਨਾਲ, ਨਾਲੇ ਇੰਨਾ ਰੌਲਾ ਕਾਹਤੋਂ ਪਾਉਣ ਡਈ ਆ, ਕਿਹਨੂੰ ਸੁਣਾਉਣ ਡਈ ਆ? ਮੈਂ ਕਿਹਨੂੰ ਸੁਣਾਉਣਾ ਵਾ, ਤੁਹਾਡੇ ਨਾਲ ਹੀ ਗੱਲ ਕਰਨ ਡਈ ਆ। ਮੇਰੇ ਨਾਲ ਗੱਲ ਕਰਨ ਡਈ ਆ, ਬਹੁਤਾ ਰੌਲਾ ਪਾਉਣ ਦੀ ਲੋੜ ਨਹੀਂ ਹੈਗੀ, ਨਾ ਬਹੁਤੀਆਂ ਗੱਲਾਂ ਕਰਨ ਦੀ, ਠੀਕ ਆ ਨਾ? ਜੇ ਜਾਣਾ ਵਾ ਤਾਂ ਚੱਲ ਆ, ਹੋ ਤਿਆਰ, ਜਿੱਥੇ ਕਹੇਂਗੀ ਉੱਥੇ ਲੈ ਚੱਲਦਾ। ਚੱਲ ਮੈਂ ਨਹੀਂ ਲੈਣੀ ਦਵਾਈ ਦੂਈ ਕਿਤੋਂ ਵੀ। ਨਹੀਂ ਲੈਣੀ ਦਵਾਈ ਤਾਂ ਫਿਰ ਨਾ ਲੈ, ਤੁਹਾਡੇ ਸਿਰ ਚੜ੍ਹ ਕੇ ਇਸੇ ਕਮਰੇ 'ਚ ਬੈਠੀ ਰਹਿਣਾ, ਨਹੀਂ ਦਵਾਈ ਖਾਣੀ ਹੈਗੀ, ਠੀਕ ਆ? ਪੀੜ ਨਾਲ ਮਰਦੀ ਰਹੂੰਗੀ, ਇਹੀਓ ਗੱਲ ਹੀ ਆ ਨਾ ਫਿਰ। ਕੋਈ ਗੱਲ ਨਹੀਂ, ਕਿਹਨੂੰ ਇੱਥੇ ਕੋਈ ਫਰਕ ਪੈਂਦਾ ਵਾ, ਕੋਈ ਮਰੇ ਕੋਈ ਜੀਵੇ। ਹੱਦੋਂ ਡੀ ਚਾਰੇ ਪਾਸੇ ਲੈ ਵੀ ਵਗੀ ਜਾਂਦੀ ਆ, ਨਾ ਦਵਾਈ ਲਿਆਉਣੀ, ਨਾ ਮੈਂ ਖਾਣੀ, ਨਾ ਨਾਲ ਜਾਣਾ, ਨਾ ਫਰਕ ਪੈਂਦਾ। ਜਾਓ ਜਾਓ ਤੁਸੀਂ ਆਪਣੇ ਕੰਮ ਕਰੋ, ਜਿਹੜੇ ਤੁਹਾਡੇ ਕੰਮ ਕਰਨ ਵਾਲੇ ਨਾ ਘਰ ਦੇ ਸਾਂਝੇ ਕਰ ਕੰਮ, ਜਾਓ ਜਾਓ ਉਹ ਕਰੋ। ਆਹੋ ਪੰਗਾ ਤੇ ਇਸ ਗੱਲ ਦਾ ਵਾ, ਪੰਗਾ ਹੀ ਸਾਰਾ ਇਸ ਗੱਲ ਦਾ ਵਾ, ਹੋਰ ਨਹੀਂ ਕੋਈ। ਜਦੋਂ ਅੰਦਰ ਵੜ ਕੇ ਤੁਹਾਨੂੰ ਮੈਂ ਸਮਝਾਉਣ ਡੀ ਹਾਂ ਪਿਆਰ ਦੇ ਨਾਲ, ਤੁਸੀਂ ਕਿਉਂ ਨਹੀਂ ਉਸ ਗੱਲ ਤੇ ਆਉਂਦੇ ਹੈਗੇ ਕਿ ਠੀਕ ਹੈ ਜਿੰਨਾ ਚਿਰ ਨਿਭ ਗਈ ਸੋਹਣੀ ਨਿਭੀ ਆ, ਹੁਣ ਨਹੀਂ ਮੇਰਾ ਜੀ ਕਰਦਾ ਰਹਿਣ ਨੂੰ ਚਾਰ ਜੀਆਂ ਦੇ ਵਿੱਚ। ਉਹ ਗੱਲ ਨਹੀਂ ਬਣਨੀ ਹੈਗੀ ਜੋ ਤੂੰ ਚਾਹੁੰਦੀ ਆ, ਨਹੀਂ ਨਾ ਜੋ ਮਰਜ਼ੀ ਕਰੀ ਜਾ, ਠੀਕ ਆ ਫਿਰ ਮੈਨੂੰ ਮੇਰੇ ਹਾਲਾਤਾਂ ਤੇ ਛੱਡ ਦਿਓ ਤੇ ਤੁਸੀਂ ਆਪਣੇ ਮਜ਼ੇ ਨਾਲ ਰਹੋ, ਜਿੱਦਾਂ ਤੁਹਾਨੂੰ ਸਹੀ ਲੱਗ ਰਿਹਾ ਨਾ ਠੀਕ ਆ ਉਦਾਂ। ਚੱਲ ਠੀਕ ਆ ਫਿਰ ਪਈ ਰਹਿ, ਆ ਰੋਟੀ ਖਾਣਾ ਜਾ ਕੇ। ਕਿਤੇ ਲੋਕਾਂ ਦੇ ਬੰਦੇ ਝੱਟ ਗੱਲ ਸੁਣਦੇ ਆ ਸਮਝਦੇ ਆ, ਇਹ ਮਹਾਂ ਜੇ ਭੱਜੇ ਹੀ ਫਿਰਦੇ ਅੱਗੇ, ਕਿਸੇ ਦੀ ਗੱਲ ਸੁਣਨੀ ਨਹੀਂ, ਕਿਸੇ ਦੀ ਗਿਣਨੀ ਨਹੀਂ ਹੈਗੀ। ਹਾਂਜੀ ਤਾਂ
ਆਲੂ ਸਬਜ਼ੀ 'ਚ ਪਾਉਣ ਹੁੰਦੇ ਆ ਅੱਖਾਂ 'ਤੇ ਰੱਖਣ ਹੁੰਦੇ ਆ? ਕੀ ਹੋਇਆ ਤੈਨੂੰ? ਤੂੰ ਬੜੀਆਂ ਅੱਖਾਂ ਬਰਗਰਾਂ ਨੂੰ ਫਲਾਈਆਂ ਵਾ। ਤੁਹਾਨੂੰ ਕੀ ਲੱਗੇ, ਜੋ ਮਰਜ਼ੀ ਹੋਇਆ ਮੈਨੂੰ, ਭਾਵੇਂ ਮੈਂ ਅੰਨੀ ਹੋ ਜਾਵਾਂ, ਤੁਸੀਂ ਕਰੋ ਆਪਣੇ ਕੰਮ ਅਰਮਾਨ ਨਾਲ। ਦੱਸ, ਕੰਮ ਤਾਂ ਕਰਨਾ ਹੀ ਆ, ਪਰ ਤੂੰ ਮੈਨੂੰ ਦੱਸ ਦਿੰਦੀ ਇੱਕ ਹੋ ਗਿਆ ਅੱਖਾਂ ਵਿੱਚ ਇਨਫੈਕਸ਼ਨ ਹੋ ਗਈ ਆਪਦੀ, ਮੈਂ ਤੇਰੀ ਦਵਾਈ ਲੈ ਆਉਂਦਾ। ਅੱਛਾ, ਇੱਦਾਂ ਹੀ ਫੋਨ 'ਤੇ ਦੱਸਣਾ ਦਵਾਈ ਆਈ ਨਹੀਂ, ਅੱਖਾਂ ਡਾਕਟਰ ਨੂੰ ਨਹੀਂ ਨਾ ਦੱਸਣੀਆਂ? ਚੱਲ ਹੁਣ ਲੈਵਾਂ ਜਾ ਕੇ ਦਵਾਈ ਤੇਰੀ। ਨਹੀਂ, ਲੋੜ ਨਹੀਂ ਮੈਨੂੰ ਦਵਾਈ ਦੀ, ਰਹਿਣ ਦਿਓ ਤੁਸੀਂ, ਹੋਲਾਂ ਦਿਓ ਅੰਨੀ, ਮੈਂ ਇੱਥੇ ਸੁਪਨੇ ਲੈ ਕੇ ਭਾਵੇਂ ਅੰਨੀ ਹੋਵਾਂ ਜੋ ਮਰਜ਼ੀ ਹੋਵਾਂ, ਤੁਹਾਨੂੰ ਕੀ ਲੱਗੇ, ਤੁਸੀਂ ਕਰੋ ਆਪਣੇ ਕੰਮ। ਕੱਲ੍ਹ ਸੁਪਨੇ ਲਈ ਜਾਣੀ ਆ ਤੂੰ? ਸਾਰੀ ਰਾਤ ਮੇਰੀ ਅੱਖ ਨਹੀਂ ਲੱਗੀ, ਜਾਗਦੀ ਰਹੀ ਮੈਂ ਸਾਰੀ ਰਾਤ, ਮੇਰੀ ਅੱਖਾਂ ਲਾਲ ਹੋ ਗਈਆਂ। ਵਾਰੀ ਨੀ ਪਾਸਾ ਪਲਟ ਕੇ ਵੇਖਿਆ ਵੀ ਮੈਂ ਵੇਖਾਂ ਵੀ ਜਾਗਦੀ ਹੈ ਕਿ ਸੁੱਤੀ ਹੈ। ਜਾਗਣ ਕਿਹੜੀ ਗੱਲ ਹੁੰਦੀ, ਮੈਨੂੰ ਇਹ ਦੱਸ, ਮੈਂ ਕਾਹਨੂੰ ਜਾਗਣਾ, ਮੈਨੂੰ ਕੀ ਲੋੜ ਆ? ਤੇਰਾ ਪਤਾ ਵੀ ਲੱਗਦਾ ਵੀ ਬੋਲਣ ਕਿਹੜੀ ਆ ਤੂੰ? ਜਾਓ ਜਾਓ ਤੁਸੀਂ ਕੰਮ ਕਰੋ, ਜਾ ਕੇ ਆਪਣੀ ਮਾਂ ਨਾਲ ਤੇ ਆਪਣੇ ਭਰਾਵਾਂ ਨਾਲ, ਮੇਰੀ ਕਾਹਨੂੰ ਪਰਵਾਹ ਹੋਣੀ ਤੁਹਾਨੂੰ? ਉਹ ਤੇਰੀ ਪਰਵਾਹ ਹੀ ਤਾਂ ਤੈਨੂੰ ਪੁੱਛਣ ਡਿਆ ਵਾਂ ਕਿ ਦਵਾਈ ਲਿਆ ਕੇ ਦੇਣਾ ਤੈਨੂੰ। ਲੈ ਉਹ ਜਾ ਕੇ ਲਿਆਉਣੀ ਹੈ ਤੇ। ਚੱਲ ਮੈਂ ਤੇਰੀ ਦਵਾਈ ਲੈ ਕੇ ਆਉਂਦਾ ਵਾਂ, ਤੂੰ ਮੈਨੂੰ ਇਹ ਦੱਸ ਕਿਹੜਾ ਕਾਥੀ 200 ਰੁਪਇਆ ਲਿਆ ਤੂੰ, ਉਹ ਕਿੱਥੇ ਆ? ਵੇਖਾਂ ਹਾਂ ਕਿਤੇ, ਉਹ 200 ਦਾ ਨਹੀਂ ਨਾ ਚੇਤਾ ਭੁੱਲਿਆ, ਉਹ ਤਾਂ ਐਵੇਂ ਕੋਈ ਮੰਗਣ ਨਹੀਂ ਜਿੱਦਾਂ ਮੈਂ ਆਪਣੇ ਪਿੱਛੇ ਪੇਕਿਆਂ ਨੂੰ ਦੇ ਆਈ ਹਾਂ, ਇੱਥੇ ਹੀ ਆ 200, ਕਿੱਥੇ ਜਾਣਾ ਵਾ, ਇੱਥੇ ਪਿਆ ਵਾ, ਕੱਢ ਲਓ, ਕਿਤੇ ਉਹ ਨਾ ਰਹਿ ਜਾਏ ਮੇਰੇ ਕੋਲ ਕਿਤੇ ਹੱਥ 'ਚ 200 ਰੁਪਈਆ। ਵਸਾ ਲੈ ਐਂ ਪਿਆ ਜਿੱਦਾਂ ਨਾ ਮੈਨੂੰ 1,00,000 ਰੁਪਇਆ ਫੜਾਇਆ ਹੁੰਦਾ। ਓਏ ਲੱਖਾਂ ਦੀ ਤੇਰੀ ਪ੍ਰੋਪਰਟੀ ਬਣ ਰਹੀ ਹੈ, ਅਜੇ ਕੋਈ ਘਾਟਾ ਵਾ ਲੱਖਾਂ ਦਾ? ਦੱਸ, ਬਣਦੀ ਹੋਏਗੀ, ਮੈਨੂੰ ਕੀ, ਮੇਰੇ ਹੱਥ 'ਚ ਤਾਂ ਨਾ ਕੁਛ ਵੀ ਹੈਗਾ, ਸਭ ਕੁਛ ਤੇਰੇ ਹੱਥ ਵਿੱਚ ਹੀ ਆ, ਐਵੇਂ ਇੱਦਾਂ ਕਰਦੀ ਰਿਹਾ ਕਰ। ਕਿੱਥੇ ਚੱਲਿਆ ਵੀਰ? ਮੈਂ ਦਵਾਈ ਲਿਆਵਾਂ ਜੀ ਤਾਂ ਦੀ ਜਾ ਕੇ, ਅੱਖਾਂ ਜੀ ਖਰਾਬ ਹੋ ਗਈਆਂ। ਅੱਖਾਂ ਖਰਾਬ ਹੋ ਗਈਆਂ, ਕੀ ਗੱਲ? ਪਤਾ ਨਹੀਂ ਇਨਫੈਕਸ਼ਨ ਜੀ ਹੋ ਗਈ ਆ। ਪ੍ਰੀਤ ਵੀ ਕਹਿਣ ਡੀ ਸੀ ਮੇਰਾ ਗੁੱਟ ਪੀੜ ਕਰਨ ਡਿਆ ਵਾ, ਤੇ ਲਿਆਵਾਂ ਦਵਾਈ ਉਹਦੀ ਵੀ ਨਾਲ? ਦਵਾਈ ਕੀ ਲਿਆਉਣੀ, ਮੈਂ ਤੁਹਾਨੂੰ ਕਿਹਾ ਕਿ ਲੈ ਆਉਂਦੇ ਦਵਾਈ, ਕਹਿੰਦੀ ਮੈਂ ਦਵਾਈ ਲਿਆਉਣੀ ਨਹੀਂ ਹੈਗੀ। ਦੇਖ ਲਓ ਮੈਂ ਜਾਣਾ ਤਾਂ ਹੈ ਹੀ ਆ, ਲੈ ਆਉਣਾ ਉਹਦੀ ਵੀ। ਨਹੀਂ ਰਹਿਣ ਦੇ, ਤੂੰ ਜਾ ਲੈ ਆ ਜਿੱਦਾਂ ਦਵਾਈ, ਅਤੇ ਉਹ ਹੈਗੇ ਪੈਸੇ? ਪੈਸੇ ਹੈਗੇ ਮੇਰੇ ਕੋਲ, 200 ਰੁਪਈਆ ਹੈਗਾ ਬੜਾ। ਚੱਲ ਠੀਕ ਹੈ, ਜਾ ਲੈ ਆ ਫਿਰ। ਦਵਾਈ ਤਾਂ ਮੈਂ ਲੈ ਲਈ ਹੈ, ਪਰ ਮੈਨੂੰ ਪਤਾ ਇਕੱਲੀ ਦਵਾਈ ਨਾਲ ਠੀਕ ਨਹੀਂ ਹੋਣਾ, ਉਹਨੂੰ ਬਰਗਰ ਚਾਹੀਦਾ ਵਾ, ਬਰਗਰ ਦਾ ਨਾ ਮਿਲਣ ਕਰਕੇ ਬਿਮਾਰ ਹੋਈ ਹੈ। ਇੱਦਾਂ ਕਰਦਾ ਵਾਂ, ਰੁਪਈਏ ਤਾਂ 30 ਬਚੇ ਉਦੋਂ ਸਾਰੇ, ਤਾਂ ਲੈ ਜਾਂਦਾ ਇੱਕ ਬਰਗਰ, ਕਿਤੇ ਨਹੀਂ ਪਤਾ ਲੱਗਦਾ ਖਾਂਗਾ ਚੋਰੀ ਲੁਕਾ ਕੇ ਖਾ ਲਾ, ਕੁਛ ਨਹੀਂ ਹੋ ਚੱਲਿਆ ਇੱਕ ਬਰਗਰ ਦੇ ਨਾਲ।
ਹੈ ਵੇ ਕੀ ਲੈ ਕੇ ਆਇਆ? ਉਹ ਕੁਛ ਨਹੀਂ ਮਾਤਾ, ਉਹਦੀ ਦਵਾਈ ਲੈ ਕੇ ਆਇਆ ਵਾ। ਜੀਤਾ ਜੀਤਾ ਉੱਠ ਤਾਂ, ਆ ਤੇਰੇ ਵਾਸਤੇ ਦਾਰੂ ਲੈ ਕੇ ਆਇਆ। ਉਹ ਪਾ ਲੈਨੀ ਆ ਦਾਰੂ, ਆ ਫਿਰ ਕੀ ਹੋ ਗਿਆ? ਯਾਰ ਵੇਖ ਤੇਰੇ ਵਾਸਤੇ ਹੋਰ ਵੀ ਲੈ ਕੇ ਆਇਆ ਕੁਛ। ਹੋਰ ਕੀ ਲੈਣ ਦਾ ਤੁਸੀਂ ਮੇਰੇ ਲਈ? ਬਰਗਰ ਲੈ ਕੇ ਆਇਆ। ਹਾਏ ਮੈਂ ਮਰ ਗਈ, ਬਰਗਰ। ਹੌਲੀ ਬੋਲ, ਤੂੰ ਸੁਣਨਾ ਲਵੇ ਆ ਫੜ। ਮੈਨੂੰ ਪਤਾ ਤੂੰ ਬਰਗਰ ਖਾ ਕੇ ਠੀਕ ਹੋਣਾ, ਦਵਾਈ ਦਾ ਤੇ ਬਹਾਨਾ ਹੀ ਆ। ਹਾਏ ਇੱਕੋ ਹੀ ਲੈਂਦਾ ਵਾ? ਚੋਰੀ ਲੈ ਕੇ ਆਇਆ ਵਾ ਉੱਥੋਂ ਮੈਂ ਨਾ, ਚੰਗਾ ਆਇਆ ਦਵਾਈ ਵਾਲੇ ਕਾਲੇ ਲਿਫਾਫੇ ਪਾ ਲਿਆ, ਇਹ ਤਾਂ ਮਾਤਾ ਨੇ ਵੇਖ ਲੈਣਾ ਸੀ। ਚੱਲ ਕੋਈ ਨਹੀਂ, ਮੈਂ ਨਹੀਂ ਦੱਸਦੀ ਕਿਸੇ ਨੂੰ ਵੀ, ਤੁਸੀਂ ਇੰਝ ਕਰੋ ਮੇਰੇ ਲਈ ਪਾਣੀ ਦਾ ਗਲਾ ਲਿਆ। ਚੱਲ ਲਿਆਉਣਾ ਮੈਂ, ਅਤੇ ਮੇਰੀ ਗੱਲ ਸੁਣ, ਇਹਨੂੰ ਖਾ ਕੇ ਨਾ ਅਤੇ ਬਾਹਰ ਪਿੰਡ ਸਿਉਣਾ ਪਵੇ। ਚੰਗਾ ਠੀਕ ਆ, ਠੀਕ ਠੀਕ ਆ, ਨਹੀਂ ਪੈਂਦੀ। ਬਰਗਰ ਕਿੱਥੇ ਆ? ਬਰਗਰ ਖਾ ਲਿਆ। ਮਰ ਜੀ ਤੂੰ ਹਲਕੀ ਹੈ ਕਿਤੇ, ਕਿਤੇ ਮੈਨੂੰ ਸੁਲਾ ਨਹੀਂ ਮਾਸਾ ਮਾਰੀ ਵੀ ਤੂੰ ਵੀ ਲੈ ਲਾ ਬੁਰਕੀ ਵੀ ਜੋ ਇੱਕ। ਲੈ ਬਰਗਰ ਕਿਤੇ ਬਹੁਤ ਵੱਡਾ ਲਿਆਂਦਾ, ਇੰਨਾ ਕੁ ਸਾਰਾ ਬਰਗਰ ਹੀ ਤੁਸੀਂ ਜਿਹੜਾ ਲਿਆਂਦਾ। ਇੰਨਾ ਹੀ ਬਰਗਰ ਹੁੰਦਾ, ਇੱਡਾ ਬਰਗਰ ਕੌਣ ਬਣਾਉਂਦਾ ਹੋਰ? ਤੇ ਮੈਂ ਹੀ ਖਾਣਾ ਸੀ, ਤੁਸੀਂ ਜਾਂਦੇ ਰਹਿੰਦੇ ਸ਼ਹਿਰ ਖਾਂਦੇ ਹੀ ਹੋਣੇ ਆ ਬਾਹਰ। ਜਾਂਦੇ ਆ। ਚਲ ਹੁਣ ਆ ਕਾਗਜ਼ ਜਿਹੜਾ ਵਾ ਨਾ, ਇਹ ਛੋਟ ਛੋਟ ਕਿਤੇ ਬਾਹਰ ਇੱਥੇ ਸੁੱਟ ਦਿੰਦੀ ਆ ਜੀ ਬਾਹਰ। ਓਏ ਇੱਥੇ ਭੇਜ ਲੈਣਾ ਕਿਸੇ ਨੇ। ਬਾਹਰ ਗਈ ਤੇ ਬਾਹਰ ਹੁਣੇ ਛੱਕ ਪਾਏ ਨਾ, ਕੋਈ ਨਹੀਂ ਮੈਂ ਬਾਅਦ 'ਚ ਚੁੱਕ ਲਾਂਗੀ, ਅੱਜ ਇੱਥੇ ਰੱਖ ਦਿੰਦੀ ਆ ਨਾ। ਚੁੱਕ ਲਈ ਤੇ ਆਉਣਾ ਫਿਰ। ਕੋਈ ਨਹੀਂ ਚੁੱਕ ਲਾਂਗੀ। ਮਜ਼ਾ ਆ ਗਿਆ ਜੀ।